ਸਸ਼ੀਕਾਲ ਜੀ ਕਲੇ ਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੇ ਕਲੌਥ ਹਾਊਸ ਪਟਿਆਲਾ ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਸ ਪਸੰਦ ਕਰਦੇ ਹੋ, ਕਮੈਂਟ ਕਰਦੇ ਹੋ, ਟਾਈਮ ਕੱਢ ਕੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤੇ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸ਼ਾਮ ਦੇ 7 ਵਜੇ ਲੈ ਕੇ ਆਉਂਦੇ ਹਾਂ। ਤੇ ਸਕਰੀਨ ਤੇ ਨੰਬਰ ਚੱਲ ਰਿਹਾ, ਉਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜਣਾ ਜੇ ਤੁਸੀਂ ਸੂਟ ਘਰੇ ਮੰਗਵਾਉਣਾ। ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ, ਬਾਕੀ ਹੋਰ ਕਿਸੇ ਵੀ ਮੈਥਡ ਦੇ ਨਾਲ ਪੇਮੈਂਟ ਕਰ ਸਕਦੇ ਹੋ। ਜੇ ਤੁਸੀਂ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ, ਕਲੇ ਕਲੌਥ ਹਾਊਸ ਚੌੜੀਆਂ ਸੜਕਾਂ ਨੇੜੇ ਢਿੱਲੋਂ ਫਨਵਰਡ ਚੀਕੇ ਵਾਲਾ ਮੋੜ ਪਟਿਆਲਾ। ਬੱਸ ਸਰਵਿਸ ਸਾਡੇ ਸ਼ਾਪ ਦੇ ਬਿਲਕੁਲ ਸਾਹਮਣੇ ਤੱਕ ਹੈ, ਬੱਸ ਅੱਡੇ ਦੇ ਵਿੱਚ ਹੀ ਚੌੜੀਆਂ ਦੇ ਉੱਤੇ ਸਾਡੀ ਸ਼ਾਪ ਹੈ। ਨਵੇਂ ਬੱਸ ਅੱਡੇ ਤੋਂ ਤੁਸੀਂ ਪਟਿਆਲੇ ਚੀਕੇ ਨੂੰ ਜਾਣ ਵਾਲੀ ਬੱਸ ਲੈ ਲਓ ਜਾਂ ਤੁਸੀਂ ਦੇਵੀਗੜ੍ਹ ਨੂੰ ਜਾਣ ਵਾਲੀ ਬੱਸ ਲੈ ਲਓ ਅਤੇ ਚੌੜੀਆਂ ਦੇ ਉੱਤਰ ਜਾਓ, ਠੀਕ ਹੈ ਜੀ। ਅਤੇ ਸੰਡੇ ਸਾਡਾ ਆਫ ਹੁੰਦਾ, ਟਾਈਮ ਹੈ 10 ਤੋਂ 5, ਇਸ ਕਰਕੇ ਜੇ ਆਉਣਾ ਹੋਵੇ ਤਾਂ ਫੋਨ ਜ਼ਰੂਰ ਕਰਨਾ ਹੈ ਇੱਕ ਦਿਨ ਪਹਿਲਾਂ, ਉਹ ਨਹੀਂ ਭੁੱਲਣਾ, ਨਹੀਂ ਤਾਂ ਤੁਹਾਡਾ ਕਿਹੜਾ ਵੇਸਟ ਹੋ ਸਕਦਾ ਹੈ, ਠੀਕ ਹੈ ਜੀ। ਅਤੇ ਲਓ ਜੀ, ਅੱਜ ਆਪਾਂ ਤੁਹਾਨੂੰ ਦੇਵਾਂਗੇ ਫੁਲਕਾਰੀਆਂ, ਪਹਿਲੀ ਵਾਰੀ ਫੁਲਕਾਰੀਆਂ ਦੇ ਰਹੇ ਹਾਂ ਤੁਹਾਨੂੰ ਆਪਾਂ ਪਟਿਆਲੇ ਦੀ, ਸਾਡੀ ਮਸ਼ਹੂਰ ਆਈਟਮ ਹੈ ਫੁਲਕਾਰੀ, ਪਰਾਂਦੇ ਫੁਲਕਾਰੀਆਂ ਸਾਡੀਆਂ ਮਸ਼ਹੂਰ ਨੇ ਪਟਿਆਲੇ ਦੀਆਂ। ਅਤੇ ਅੱਜ ਆਪਾਂ ਤੁਹਾਨੂੰ ਫੁਲਕਾਰੀਆਂ ਦੇਵਾਂਗੇ ਹੈਂਡ ਵਰਕ ਦੀਆਂ, ਸਾਰੀਆਂ ਪਿਓਰਲੀ ਹੈਂਡ ਵਰਕ ਹੋਊਗੀ, ਠੀਕ ਹੈ। ਅਤੇ ਲਓ ਜੀ ਕਰਦੇ ਹਾਂ ਸ਼ੁਰੂ। ਇਹ ਆਪਾਂ ਜਿਹੜੀ ਤੁਹਾਨੂੰ ਫੁਲਕਾਰੀ ਦੇ ਰਹੇ ਹਾਂ ਪੂਰੀ ਹੈਵੀ ਵਰਕ ਹੋਇਆ ਹੈ, ਪੂਰੀ ਭਰੀ ਹੋਈ ਹੈ ਸਮਝੋ, ਠੀਕ ਹੈ। ਅਤੇ ਇਹ ਤੁਹਾਨੂੰ ਮਿਲੂਗੀ ਚਨੌਨ ਦੇ ਉੱਤੇ, ਠੀਕ ਹੈ। ਸੈਮੀ ਚਨੌਨ ਦਾ ਦੁਪੱਟਾ ਲੱਗਿਆ ਹੋਇਆ, 2.5 ਮੀਟਰ ਦਾ ਦੁਪੱਟਾ ਹੋਊਗਾ, ਪੂਰਾ ਪਲੱਸ ਹੋਊਗਾ 2.5 ਤੋਂ, ਠੀਕ ਹੈ। ਅਤੇ ਸਾਰੀ ਹੈਂਡ ਵਰਕ ਦੀ ਹੋਊਗੀ, ਦੇਖੋ ਨੀਚੇ ਵਾਲੇ ਪਾਸੇ ਬਿਲਕੁਲ ਥੋੜ੍ਹਾ ਥੋੜ੍ਹਾ, ਠੀਕ ਹੈ। ਅਤੇ ਪੂਰਾ ਸਫਾਈ ਦੇ ਨਾਲ ਕੰਮ ਹੋਇਆ ਹੋਇਆ, ਠੀਕ ਹੈ। ਫਿਨਿਸ਼ ਕੀਤਾ ਹੋਇਆ ਸੀ ਇਹਨੂੰ ਟਿਸ਼ੂ ਲਗਾ ਕੇ ਅਤੇ ਸਮੋਸਾ ਲੇਸ ਲਗਾ ਕੇ, ਠੀਕ ਹੈ। ਅਤੇ ਹੋਰ ਤੁਸੀਂ ਕੋਈ ਗੋਟੇ ਦੀ ਐਡੀਸ਼ਨ ਕਰਨੀ ਹੋਵੇ ਉਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਜਿਵੇਂ ਇਹਦੇ ਵਿੱਚ ਇੱਥੇ ਸਪੇਸ ਹੁੰਦੀ ਹੈ ਆਰਾਮ ਨਾਲ ਤੁਸੀਂ ਇਹ 'ਚ ਗੋਟੇ ਦੀਆਂ ਲਾਈਨਸ ਜਾਂ ਚੈੱਕਸ ਪਵਾ ਸਕਦੇ ਹੁੰਦੇ ਹੋ, ਉਹ ਤੁਹਾਡੀ ਆਪਣੀ ਮਰਜ਼ੀ ਹੈ, ਠੀਕ ਹੈ। ਅਤੇ ਇਹ ਤੁਹਾਨੂੰ ਮਿਲੂਗਾ ਜੀ, ਜਿਹੜੀ ਫੁਲਕਾਰੀ ਹੈ ਇਹ ਫੁਲਕਾਰੀ ਤੁਹਾਨੂੰ ਮਿਲਣੀ ਹੈ 4000 'ਚ, ਠੀਕ ਹੈ। 4000, 4000 ਦੇ ਵਿੱਚ ਇਹ ਖੂਬਸੂਰਤ ਫੁਲਕਾਰੀ ਚਨੌਨ ਦੇ ਦੁਪੱਟੇ ਦੇ ਉੱਤੇ ਤੁਹਾਡੇ ਘਰ ਪਹੁੰਚਣੀ ਹੈ, ਠੀਕ ਹੈ। ਪੂਰਾ ਖੁੱਲ੍ਹਾ ਅਤੇ ਸਫਾਈ ਦੇ ਨਾਲ ਕੰਮ ਹੋਇਆ ਹੋਇਆ, ਹਾਲੇ ਤਾਂ ਇਹਨੂੰ ਪ੍ਰੈਸ ਪਰੂਸ ਹੋਣੀ ਹੈ, ਜਦੋਂ ਇਹ ਪ੍ਰੈਸ ਪਰੂਸ ਹੋ ਕੇ ਪੈਕ ਹੋਣੀ ਹੈ ਤਾਂ ਬਹੁਤ ਜ਼ਿਆਦਾ ਸਫਾਈ ਆਉਂਦੀ ਹੈ ਇਹਨਾਂ ਦੇ ਉੱਤੇ। ਅਤੇ ਇਹਦੇ ਵਿੱਚ ਤੁਹਾਨੂੰ ਆਪਾਂ ਇੱਕ ਹੋਰ ਫੁਲਕਾਰੀ ਦਿੰਦੇ ਹਾਂ, ਸੇਮ ਦੇ ਵਿੱਚ ਕਲਰ ਕੰਬੀਨੇਸ਼ਨ ਡਿਫਰੈਂਟ ਲੱਗੀ ਹੋਈ ਹੈ, ਠੀਕ ਹੈ। ਉਹ ਸੀਗੀ ਟਮਾਟਰੀ ਰੈੱਡ ਦੇ ਉੱਤੇ, ਇਹ ਥੋੜ੍ਹੀ ਜਿਹੀ ਮੈਰੂਨ ਕਲਰ ਹੈ, ਹਾਂ ਇਹ ਮੈਰੂਨ ਕਲਰ ਦੇ ਉੱਤੇ ਹੈ। ਅਤੇ ਇਹਦੇ ਉੱਤੇ ਸ਼ੇਡਸ ਜਿਹੜੇ ਡਬਲ ਕਰਕੇ ਦਿਖਾ, ਹਾਂ ਮੈਂ ਡਬਲ ਕਰਦੀ ਹਾਂ, ਕਲਰ ਤੁਹਾਨੂੰ ਹੋਰ ਜ਼ਿਆਦਾ ਅੱਛੀ ਤਰ੍ਹਾਂ ਦਿਖ ਜੂਗਾ, ਕਿਉਂਕਿ ਥੱਲੇ ਟੇਬਲ ਦਿਖ ਰਿਹਾ ਹੈ। ਲਓ ਜੀ ਆਹ ਮੈਰੂਨ ਕਲਰ ਆਊਗਾ, ਠੀਕ ਹੈ, ਰੈਡਿਸ਼ ਮੈਰੂਨ ਕਲਰ ਹੈ, ਕਾਲਾ ਨਹੀਂ ਵਾਲਾ, ਠੀਕ ਹੈ। ਪਰ ਇਹਨੂੰ ਫਿਨਿਸ਼ ਨਹੀਂ ਕੀਤਾ ਹੋਇਆ, ਫਿਨਿਸ਼ਿੰਗ ਦਾ 300 ਰੁਪਈਆ 'ਚੋਂ ਲੈਸ ਹੋ ਜੂਗਾ, ਤੁਸੀਂ ਆਪਣੀ ਫਿਨਿਸ਼ਿੰਗ ਆਪ ਕਰਵਾ ਸਕਦੇ ਹੋ, ਠੀਕ ਹੈ। ਅਸੀਂ ਇਹ ਤੁਹਾਨੂੰ ਦਵਾਂਗੇ 37 ਰੁਪਏ, ਇਹ ਵੀ ਸੇਮ ਫੈਬਰਿਕ ਲੱਗਿਆ ਹੋਇਆ, ਸੇਮ ਲੈਂਥ, ਸੇਮ ਵਰਕ, ਪੂਰਾ ਭਰੀ ਹੋਈ ਫੁਲਕਾਰੀ ਹੈ, ਠੀਕ ਹੈ। ਸਫਾਈ ਦੇ ਨਾਲ ਕੰਮ ਹੋਇਆ ਹੋਇਆ, ਪ੍ਰਾਈਸ ਮਿਲਣਾ ਹੈ 37 ਰੁਪਈਆ। ਕਿਸੇ ਨੂੰ ਉਸ ਤਰ੍ਹਾਂ ਦੀ ਬਹੁਤ ਜ਼ਿਆਦਾ ਹੈਵੀ ਨਹੀਂ ਚਾਹੀਦੀ ਹੁੰਦੀ ਤਾਂ ਆਪਾਂ ਥੋੜ੍ਹੀ ਜਿਹੀ ਘੱਟ ਹੈਵੀ ਵੀ ਦਿਖਾ ਦਿੰਦੇ ਤੁਹਾਨੂੰ। ਖੁੱਲ੍ਹੇ ਵਾਰ ਹੋਣਗੇ, ਦੁਪੱਟੇ ਪੂਰੇ ਖੁੱਲ੍ਹੇ ਲੱਗੇ ਹੋਏ ਨਹੀਂ, ਇਹ ਨਹੀਂ ਹੈਗਾ ਕਿ ਕੋਈ 47 ਇੰਚ ਵਾਰ ਵਾਲਾ, 47 ਇੰਚ ਵਾਰ ਵਾਲੇ ਦੁਪੱਟੇ ਲੱਗੇ ਹੋਏ ਨੇ ਇਹਨਾਂ ਨੂੰ। ਅਤੇ ਆਹ ਤੁਹਾਨੂੰ ਮਿਲੂਗਾ ਜੀ ਬਾਰਡਰ ਦੇ ਉੱਤੇ, ਹੈਵੀ ਬਾਰਡਰ ਮਿਲ ਰਿਹਾ, ਠੀਕ ਹੈ। ਰੈੱਡ ਕਲਰ ਦੇ ਵਿੱਚ ਇਹ ਮਿਲੂਗੀ, ਕਲਚਰਲ ਕਲਰ ਹੀ ਦੇ ਰਹੇ ਹਾਂ ਅੱਜ ਤੁਹਾਨੂੰ ਅਸੀਂ, ਠੀਕ ਹੈ। ਅਤੇ ਨਾਲ ਤੁਹਾਨੂੰ ਇੱਧਰਲੇ ਪਾਸੇ ਇਸ ਤਰ੍ਹਾਂ ਦਾ ਬਾਰਡਰ ਮਿਲ ਰਿਹਾ, ਰੰਗ ਬਿਰੰਗੇ ਥਰੈਡ ਲੱਗੇ ਹੋਏ ਨੇ, ਜਿਵੇਂ ਉਹਦੇ 'ਚ ਫੁੱਲ ਨੇ ਉਹੀ ਰੰਗਾਂ ਦੇ ਬਾਰਡਰ ਬਣਿਆ ਹੋਇਆ ਹੈ, ਠੀਕ ਹੈ। ਅਤੇ ਵਿੱਚ ਸਾਰੇ ਦੇ ਵਿੱਚ ਤੁਹਾਨੂੰ ਬੂਟੀ ਮਿਲ ਰਹੀ ਹੈ, ਸੰਘਣੀ ਬੂਟੀ ਮਿਲ ਰਹੀ ਹੈ, ਹੈਵੀ ਬਾਰਡਰ ਮਿਲ ਰਿਹਾ, ਫਿਨਿਸ਼ ਕੀਤੀ ਹੋਈ ਮਿਲ ਰਹੀ ਹੈ, ਠੀਕ ਹੈ। ਬਹੁਤ ਪਿਆਰੀ ਲੱਗਦੀ ਹੈ, ਕਿਸੇ ਵੀ ਸੂਟ ਦੇ ਨਾਲ ਤੁਸੀਂ ਇਹਨਾਂ ਨੂੰ, ਪੁਰਾਣੇ ਸੂਟ ਦੀ ਵੀ ਟੌਰ ਨਿਕਲ ਜਾਂਦੀ ਹੈ ਜੇ ਆਪਾਂ ਕਿਸੇ ਸੂਟ ਦੇ ਨਾਲ ਇਹਨੂੰ ਲੈ ਲੈਂਦੇ ਹਾਂ, ਠੀਕ ਹੈ। ਅਤੇ ਨਾਲ ਤੁਹਾਨੂੰ ਫਿਨਿਸ਼ ਮਿਲ ਰਿਹਾ ਹੈ, ਅਤੇ ਖੂਬਸੂਰਤ ਫੁਲਕਾਰੀ ਦਾ ਜਿਹੜਾ ਪ੍ਰਾਈਸ ਰੇਂਜ ਰਹੂਗਾ ਉਹ ਹੋਊਗਾ 3000 ਰੁਪਈਆ, 3000 ਦੇ ਵਿੱਚ ਫਿਨਿਸ਼ ਦੁਪੱਟਾ ਤੁਹਾਡੇ ਘਰ ਪਹੁੰਚਣਾ ਚਨੌਨ ਦੇ ਉੱਤੇ, ਠੀਕ ਹੈ ਜੀ। ਇਹਦੇ ਵਿੱਚ ਆਪਣੇ ਕੋਲ ਸੇਮ ਦੇ ਵਿੱਚ 2 ਪੀਸ ਹੋਣਗੇ, ਠੀਕ ਹੈ। ਜੇ ਥੋੜ੍ਹਾ ਜਿਹਾ ਵੀ ਮਨ ਹੋਵੇ ਤਾਂ ਜਸਟ ਪਿੱਕ ਆਈਟਮ ਹੈ, ਪਿੱਕ ਕਰ ਲੈਣੀ ਤੁਸੀਂ, ਕਿਉਂਕਿ ਦੁਬਾਰਾ ਬਣ ਕੇ ਆਉਣ ਨੂੰ ਕਈ ਵਾਰੀ ਟਾਈਮ ਲੱਗਦਾ ਹੈ, ਠੀਕ ਹੈ। ਬਣ ਜਾਣਗੀਆਂ, ਇਹ ਨਹੀਂ ਕਿਸੇ ਔਡਰ 'ਤੇ ਨਹੀਂ ਬਣਵਾ ਕੇ ਦੇਵਾਂਗੇ, ਬਣਵਾ ਕੇ ਦੇਵਾਂਗੇ, ਪਰ ਕਈ ਵਾਰੀ ਟਾਈਮ ਲੱਗ ਜਾਂਦਾ ਔਡਰ ਆਉਣ ਨੂੰ। ਲਓ ਜੀ ਅਗਲਾ ਦੇਖੋ, ਲਓ ਇਹਨੂੰ ਅਸੀਂ ਫਿਨਿਸ਼ ਨਹੀਂ ਕਰਵਾਇਆ ਹੋਇਆ, ਆਪਣੀ ਮਰਜ਼ੀ ਨਾਲ ਫਿਨਿਸ਼ ਕਰਵਾ ਸਕਦੇ ਹੋ, ਜਿੰਨੀ ਮਰਜ਼ੀ ਤੁਸੀਂ ਗੋਟੇ ਦੀਆਂ ਲਾਈਨਸ ਪਾਓ, ਜੋ ਮਰਜ਼ੀ ਕਰੋ, ਠੀਕ ਹੈ। ਹੈਂਡਵਰਕ ਦੀਆਂ ਹੋਣਗੀਆਂ, ਪਿਓਰ ਸਾਰੀਆਂ ਹੈਂਡਵਰਕ ਦੀਆਂ ਫੁਲਕਾਰੀਆਂ ਨੇ, ਕੋਈ ਮਸ਼ੀਨੀ ਵਰਕ ਨਹੀਂ ਹੋਊਗਾ, ਠੀਕ ਹੈ। ਅਤੇ ਵਾਰ ਇਹਨਾਂ ਦੇ ਪੂਰੇ ਖੁੱਲ੍ਹੇ ਨੇ ਦੁਪੱਟਿਆਂ ਦੇ,
ਚਨੌਨ ਦੇ ਉੱਤੇ ਇਹ ਸੈਂਟਰ ਵਿੱਚ ਨਿੱਕੀ ਬੂਟੀ ਹਾਂ ਚਨੌਨ ਦੇ ਉੱਤੇ ਬੜੇ ਹੋਏ ਨੇ ਇਹ ਤੇ ਵਿੱਚ ਸਾਰੇ ਦੇ ਵਿੱਚ ਰੰਗ ਬਰੰਗੀ ਬੂਟੀ ਭਰੀ ਹੋਈ ਹੈ ਠੀਕ ਹੈ ਜਿਹੜੇ ਮਰਜ਼ੀ ਸੂਟ ਦੇ ਨਾਲ ਤੁਸੀਂ ਇਹਨਾਂ ਨੂੰ ਵੀਅਰ ਕਰੋ ਕਲਚਰਲ ਲੁੱਕ ਨਾਲ ਦੀ ਨਾਲ ਆ ਜਾਂਦੀ ਹੈ ਠੀਕ ਹੈ ਫਿਨਿਸ਼ ਕਰਾਓ ਤੁਸੀਂ ਠੀਕ ਹੈ ਜੀ ਤੇ ਇਸ ਦੁਪੱਟੇ ਦਾ ਜਿਹੜਾ ਪ੍ਰਾਈਸ ਰੇਂਜ ਰਹੂਗਾ ਇਸ ਫੁਲਕਾਰੀ ਦਾ 2500 ਰੁਪਇਆ ਇਹਦਾ 2500 ਰੁਪਇਆ ਰਹੂਗਾ ਠੀਕ ਹੈ ਇੱਕ ਕਲਰ ਹੋਰ ਆ ਇਹਦੇ ਚ ਇੱਕ ਵੀ ਤੁਹਾਨੂੰ ਹੋਰ ਦਵਾਂਗੇ ਇੱਕ ਕਲਰ ਰਾਣੀ ਸ਼ੇਡ ਲਓ ਜੀ ਫੁਲਕਾਰੀ ਜ਼ਰੂਰ ਆਪਣੀ ਅਲਮਾਰੀਆਂ ਦੇ ਵਿੱਚ ਐਡ ਕਰਕੇ ਰੱਖਿਆ ਕਰੋ ਇਹਦੇ ਦੋ ਤਿੰਨ ਫਾਇਦੇ ਹੁੰਦੇ ਆ ਇੱਕ ਤਾਂ ਇਹ ਕਿ ਕਈ ਵਾਰੀ ਸਾਡਾ ਨਾ ਕੁਛ ਵੀ ਸਮਝ ਹੀ ਨਹੀਂ ਆਉਂਦੀ ਹੁੰਦੀ ਵੀ ਕੀ ਪਾਈਏ ਕੁਛ ਵੀ ਪਾ ਕੇ ਫੁਲਕਾਰੀ ਲੈ ਲਓ ਤੇ ਤੁਸੀਂ ਸੱਜ ਜਾਂਦੇ ਹੋ ਤੇ ਨਾਲੇ ਜਿਹਦੇ ਆਪਾਂ ਸ਼ਗਨਾਂ ਤੇ ਜਾਂਦੇ ਹਾਂ ਅਗਲੇ ਨੂੰ ਐਂ ਲੱਗਦਾ ਵੀ ਪੂਰੀ ਸ਼ਗਨ ਬਣਾਈ ਹੈ ਫੁਲਕਾਰੀ ਲੈ ਕੇ ਆਇਆ ਬੰਦਾ ਸਾਡੇ ਫੰਕਸ਼ਨ ਤੇ ਹੈ ਨਾ ਤੇ ਲਓ ਤੇ ਨਾਲੇ ਇਹਦਾ ਦੂਰੇ ਦੁਪੱਟੇ ਦਾ ਸਰਦੀਆਂ ਦੇ ਵਿੱਚ ਇਹ ਵੀ ਮੌਜ ਹੁੰਦੀ ਹੈ ਵੀ ਠੰਡ ਜੀ ਵੀ ਨਹੀਂ ਲੱਗਦੀ ਫਿਰ ਜੇ ਠੰਡ ਲੱਗਣ ਲੱਗ ਜਾਈ ਤਾਂ ਖੋ ਖਾਰ ਕੇ ਲੈ ਲਓ ਇਹ ਵੀ ਤੁਹਾਨੂੰ ਮਿਲੂਗਾ ਚਨੌਨ ਦੇ ਉੱਤੇ ਠੀਕ ਹੈ ਇਹਨੂੰ ਵੀ ਫਿਨਿਸ਼ ਨਹੀਂ ਕਰਵਾਇਆ ਹੋਇਆ ਆਪਾਂ ਇਹ ਵੀ ਤੁਹਾਨੂੰ ਮਿਲੂ ਸੇਮ ਪ੍ਰਾਈਸ ਦੇ ਵਿੱਚ 2500 ਦੇ ਵਿੱਚ ਹੁਣ ਤੁਹਾਨੂੰ ਕ੍ਰੇਪ ਦੇ ਉੱਤੇ ਦਿੰਨੀ ਹੈ ਵਾਓ ਵੇਖੋ ਵਾਓ ਵਾਓ ਫੁਲਕਾਰੀ ਹੈ ਪੂਰੀ ਹੈਵੀ ਬਿਊਟੀਫੁਲ ਇਹਦੇ ਲਈ ਤਾਂ ਸ਼ਬਦ ਹੀ ਰੁਕ ਗਏ ਜਿਹੜੇ ਦਿਖਾਉਣੇ ਆ ਹਲੇ ਤੁਹਾਨੂੰ ਹੋਰ ਇਸ ਤੋਂ ਹੈਵੀ ਵਿੱਚ ਵੀ ਦਿਖਾਉਣੀ ਹੈ ਮੈਂ ਬਹੁਤ ਸੋਹਣੀ ਚੀਜ਼ ਤਿਆਰ ਹੋਈ ਹੈ ਦੱਸੋ ਪਹਿਲਾਂ ਹਾਂ ਕ੍ਰੇਪ ਦਾ ਸੈਮੀ ਕ੍ਰੇਪ ਦਾ ਇਹਦੇ ਉੱਤੇ ਫੈਬਰਿਕ ਲੱਗਿਆ ਹੋਇਆ ਠੀਕ ਹੈ ਜਦੋਂ ਤੁਸੀਂ ਇਹਨੂੰ ਗੋਟੇ ਦੀ ਨਾਲ ਫਿਨਿਸ਼ ਕਰਾਉਂਗੇ ਤਾਂ ਇਹਨੇ ਪੂਰਾ ਹੋਰ ਜ਼ਿਆਦਾ ਲਸ਼ ਲਸ਼ ਕਰ ਉੱਠਣਾ ਹੈ ਅਸੀਂ ਓਰੀਜਨਲ ਚੀਜ਼ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਤੁਸੀਂ ਆਪਣੀ ਮਰਜ਼ੀ ਨਾਲ ਦਿਲ ਕਰੇ ਕਰਾ ਲਓ ਆਹ ਜਿਹੜੀ ਸਪੇਸ ਹੈ ਇਹਦੇ ਉੱਤੇ ਤੁਸੀਂ ਆਰਾਮ ਨਾਲ ਗੋਟੇ ਦੀਆਂ ਲਾਈਨਸ ਜਿੰਨੀਆਂ ਮਰਜ਼ੀ ਜਿਹੋ ਜਿਹੀਆਂ ਮਰਜ਼ੀ ਪਵਾ ਲਓ ਸਾਨੂੰ ਕਹੋਗੇ ਅਸੀਂ ਪਵਾ ਦਾਂਗੇ ਉਹਦੀ ਫਿਰ ਚਾਰਜਸ ਅਲੱਗ ਹੋਣਗੇ ਠੀਕ ਹੈ ਅੱਜ ਜਿੱਥੇ ਵੀ ਆ ਸਾਰੀ ਸਪੇਸ ਹੈ ਹਰ ਜਗ੍ਹਾ ਤੇ ਤੁਸੀਂ ਜਿੰਨੇ ਮਰਜ਼ੀ ਤੁਸੀਂ ਗੋਟੇ ਕਿਨਾਰੀਆਂ ਲਵਾ ਕੇ ਇਹਨੂੰ ਫਿਰ ਫਾਈਨਲ ਕਰ ਲਓ ਤੇ ਚਾਹੇ ਤੁਸੀਂ ਇਹਨੂੰ ਵੀਅਰ ਕਰੋ ਚਾਹੇ ਤੁਸੀਂ ਧੀਆਂ ਪੁੱਤ ਵਿਆਹਣੇ ਨੇ ਉਹਨਾਂ ਦੇ ਉੱਤੋਂ ਦੀ ਤਾਨਣ ਵਾਸਤੇ ਯੂਜ਼ ਕਰੋ ਬਹੁਤ ਪਿਆਰੀ ਆਈਟਮ ਹੈ ਬਿਊਟੀਫੁਲ ਤੇ ਪ੍ਰਾਈਸ ਇਸ ਖੂਬਸੂਰਤ ਆਈਟਮ ਦਾ 6000 ਰੁਪਇਆ ਸਿਰਫ 6000 ਦੇ ਵਿੱਚ ਇੱਕ ਖੂਬਸੂਰਤ ਫੁਲਕਾਰੀ ਤੁਹਾਡੇ ਘਰ ਪਹੁੰਚ ਜਾਣੀ ਹੈ ਠੀਕ ਹੈ ਜੀ ਨੈਕਸਟ ਲਓ ਜੀ ਹੁਣ ਤੁਸੀਂ ਦੇਖੋ ਬਾਗ ਬਿਊਟੀਫੁਲ ਬਹੁਤ ਪਿਆਰੀ ਆਈਟਮ ਹੈ ਇਹ ਖੱਦਰ ਤੇ ਮਿਲੂਗਾ ਜੀ ਤੁਹਾਨੂੰ ਠੀਕ ਹੈ ਇਹ ਖੱਦਰ ਤੇ ਹੋਊਗਾ ਤੇ ਇਹਦੇ ਵਿੱਚ 30 ਤੋਂ 35 ਡਿਜ਼ਾਈਨ ਹੈ ਜਿਹੜੇ ਦੇ ਵਿੱਚ ਵਰਕ ਹੋਇਆ ਹੋਇਆ ਨਾ ਅਲੱਗ ਅਲੱਗ ਤਰ੍ਹਾਂ ਦੀ ਡਿਜ਼ਾਈਨ ਬਣੇ ਹਰ ਖਾਨੇ 'ਚ ਡਿਫਰੈਂਟ ਡਿਜ਼ਾਈਨ ਬਣਿਆ ਹੋਇਆ ਅਤੇ 30 ਤੋਂ 35 ਤਰ੍ਹਾਂ ਦਾ ਇਹਦੇ 'ਚ ਮਤਲਬ ਡਿਜ਼ਾਈਨ ਹੋਏ ਬਣੇ ਹੋਏ ਨੇ ਠੀਕ ਹੈ ਇਹ ਵੀ ਇਸ ਤਰ੍ਹਾਂ ਦੀ ਆਈਟਮ ਹੈ ਹੈਰੀਟੇਜ ਇੱਕ ਤਰ੍ਹਾਂ ਦਾ ਸਾਡਾ ਠੀਕ ਹੈ ਕਲਚਰ ਸਾਡਾ ਡਿਪਿਕਟ ਕਰਦੀ ਚੀਜ਼ ਹੈ ਇਹ ਚਾਹੇ ਤੁਸੀਂ ਤਾਣ ਕੇ ਆਪਣੇ ਬੱਚਿਆਂ ਦੇ ਉੱਤੋਂ ਦੀ ਸ਼ਗਨ ਕਰੋ ਚਾਹੇ ਤੁਸੀਂ ਵੀਅਰ ਕਰੋ ਸ਼ਗਨ ਕਰਦੇ ਹੋਏ ਖੱਦਰ ਦੇ ਉੱਤੇ ਤੁਹਾਨੂੰ ਇਹ ਡਾਈ ਕਰਾ ਕੇ ਖੱਦਰ ਉਹਦੇ ਉੱਤੇ ਵਰਕ ਕਰਵਾਇਆ ਹੋਇਆ ਸੀ ਠੀਕ ਹੈ ਇਹ ਸਾਡੇ ਪਟਿਆਲੇ ਦੀ ਖਾਸ ਫੁਲਕਾਰੀ ਹੈ ਠੀਕ ਹੈ ਜੀ ਇਹ ਤੁਹਾਨੂੰ ਮਿਲੂਗੀ ਜੀ ਇੰਨੀ ਖੂਬਸੂਰਤ ਫੁਲਕਾਰੀ ਇਹ ਤੁਹਾਨੂੰ ਮਿਲੂਗੀ 8000 'ਚ 8000 8000 ਦੇ ਵਿੱਚ ਇਹ ਖੂਬਸੂਰਤ ਬਾਗ ਤੁਹਾਡੇ ਘਰ ਪਹੁੰਚਣੇ ਹੱਥ ਦਾ ਸਾਰਾ ਕੰਮ ਲਓ ਜੀ ਦੇਖੋ ਬਹੁਤ ਪਿਆਰਾ ਕੰਮ ਹੋਇਆ ਸਫਾਈ ਦੇ ਨਾਲ ਡਿਜ਼ਾਈਨ ਦੇਖੋ ਤੁਸੀਂ ਹਰ ਖਾਨੇ ਦੇ ਵਿੱਚ ਅਲੱਗ ਡਿਜ਼ਾਈਨ ਬਣਿਆ ਹੋਇਆ ਬਹੁਤ ਪਿਆਰੀ ਆਈਟਮ ਤਿਆਰ ਕੀਤੀ ਹੈ ਹੁਣ ਤੁਹਾਨੂੰ ਦਿੰਦੇ ਹਾਂ ਪੂਰਾ ਹੈਵੀ ਬਾਗ ਜਿਹਦੇ ਵਿੱਚ ਬੇਸ ਫੈਬਰਿਕ ਨਹੀਂ ਦਿਖਦਾ ਪੂਰਾ ਪੂਰਾ ਭਰਿਆ ਹੋਇਆ ਲਓ ਇਹ ਵੀ ਤੁਹਾਨੂੰ ਪੂਰੀ ਖੁੱਲੀ ਲੰਬੀ ਚੌੜੀ ਚੜਾਈ ਲਓ ਪੂਰੀ ਠੀਕ ਹੈ ਤੇ ਸਾਰਾ ਹੈਂਡਵਰਕ ਠੀਕ ਹੈ ਹੱਥ ਦਾ ਕੰਮ ਫਿਰ ਮੈਂ ਇੱਕ ਵਾਰ ਰਿਪੀਟ ਕਰ ਦਿਆਂ ਅਸੀਂ ਇਹਨਾਂ ਨੂੰ ਤੁਹਾਨੂੰ ਓਰੀਜਨਲ ਦਿਖਾਈਆਂ ਆਪਣੀ ਤੁਸੀਂ ਐਡੀਸ਼ਨ ਜੋ ਮਰਜ਼ੀ ਕਰੀ ਜਾਇਓ ਇਹਦੇ ਉੱਤੇ ਠੀਕ ਹੈ ਹੋਰ ਜਿੰਨੇ ਮਰਜ਼ੀ ਤੁਸੀਂ ਗੋਟੇ ਕਿਨਾਰੀਆਂ ਲਾਈ ਜਾ ਪ੍ਰੋਪਰ ਸਫਾਈ ਦੇ ਨਾਲ ਕੰਮ ਹੋਇਆ ਹੋਇਆ ਤੇ ਹਲੇ ਲਗਾ ਸਤਾਰੇ ਨੇ ਹਾਂ ਸਤਾਰੇ ਵਿੱਚ ਵਿੱਚ ਸਿੱਪੀ ਸਤਾਰਾ ਜਾ ਲਗਾ ਕੇ ਕੰਮ ਹੋਇਆ ਹੋਇਆ ਇਹਦੇ ਵਿੱਚ ਥੋੜਾ ਥੋੜਾ ਕਾਰਨਰਸ ਦੇ ਉੱਪਰ ਤੇ ਫਿਰ ਤੁਹਾਨੂੰ ਇਹਦੇ ਵਿੱਚ ਤੁਸੀਂ ਆਪਣੀ ਐਡੀਸ਼ਨ ਜਿੰਨੀ ਮਰਜ਼ੀ ਕਰ ਲਿਓ ਠੀਕ ਹੈ ਤੇ ਪੂਰਾ ਹੈਵੀ ਬਾਗ ਹੈ ਦੇਖੋ ਤੁਸੀਂ ਸਾਰਾ ਥਰੈਡ ਨਾਲ ਭਰਿਆ ਪਿਆ ਠੀਕ ਖੱਦਰ ਦੇ ਉੱਤੇ ਰੈਡੀ ਹੋਇਆ ਹੋਇਆ ਇਹ ਠੀਕ ਹੈ ਚਾਹੇ ਤੁਸੀਂ ਜਿਹੜੇ ਮਰਜ਼ੀ ਆਪਣੇ ਸ਼ਗਨ ਮਨਾਓ ਖੂਬਸੂਰਤ ਆਈਟਮਸ ਦੇ ਨਾਲ ਆਪਣੀਆਂ ਬੇਟੀਆਂ ਨੂੰ ਦਾਜ 'ਚ ਦਿਓ ਨੂੰਹਾਂ ਨੂੰ ਗਿਫਟ ਕਰੋ ਬਹੁਤ ਪਿਆਰੀ ਆਈਟਮ ਹੈ ਤੁਹਾਨੂੰ ਮਿਲਣਾ ਹੈ ਜੀ 6000 'ਚ ਠੀਕ ਹੈ ਪੂਰਾ ਹੈਵੀ ਬਾਗ 6000 ਰੁਪਏ ਦੇ ਵਿੱਚ ਤੁਹਾਡੇ ਘਰ ਪਹੁੰਚ ਜੂਗਾ ਸੂਟ ਦਿਖਾਉਣੀ ਹੈ ਬਣਾਇਆ ਤਾਂ ਮੈਂ ਆਪਦੇ ਲਈ ਸੀਗਾ ਪਰ ਮੇਰੇ ਟੇਲਰ ਨੇ ਉਹ ਤੱਕ ਰੈਡੀ ਨਹੀਂ ਕਰਕੇ ਦਿੱਤਾ ਤੇ ਫਿਰ ਮੈਂ ਮਨਾ ਕਰਤਾ ਜਿਸ ਕੰਮ ਲਈ ਮੈਨੂੰ ਚਾਹੀਦਾ ਸੀ ਤੇ ਫਿਰ ਹੁਣ ਮੈਂ ਜਦੋਂ ਕੋਈ ਫੇਰ ਫੰਕਸ਼ਨ ਆਊਗਾ ਉਦੋਂ ਤੱਕ ਮੈਂ ਹੋਰ ਬਣਾ ਲੂੰਗੀ ਤੁਹਾਨੂੰ ਦਿਖਾ ਦਿੰਦੀ ਹੈ ਠੀਕ ਹੈ ਇਹ ਮੈਂ ਖੱਦਰ 'ਤੇ ਰੈਡੀ ਕਰਵਾਇਆ ਸੀ ਠੀਕ ਹੈ ਇਹ ਹੈ ਜੀ ਫਰੰਟ ਠੀਕ ਹੈ ਨਿੱਕੀਆਂ ਨਿੱਕੀਆਂ
मोरनिया बनिया हुई है फ्रंट के उत्ते, एक खद्दर से रेडी करवाया डाई करा के मैं, ठीक है। फिर थोनू नीचे मिल रहा है बॉर्डर, इन्होंने भी अभी प्रेस होना है, फिनिश आनी है हले हो ज्यादा, ठीक है। तो यह भी हैंडवर्क के उत्ते होया गया, सेम बैक ये फ्रंट सेम ही दी बैक, ठीक है। आए दी बैक साइड हो दोनों पल्ले सेम वर्क होया गया पूरा। आ थोनू मिलू दी बाजू पूरी हैवी बाजू, ठीक है। ਇਹਦਾ ਮੈਂ ਤੁਹਾਨੂੰ ਘੇਰਾ ਦੱਸ ਦਿੰਦੀ ਹਾਂ, ਮੈਂ ਆਪਣੇ ਹਿਸਾਬ ਨਾਲ ਸਟੈਂਡਰਡ ਸਾਈਜ਼ 'ਚ ਕਰਵਾ ਲਿਆ ਸੀਗਾ। ਚੌਵੀ ਇੰਚ ਵਰਕ ਹੈ ਐਂਡ ਟੂ ਐਂਡ, ਠੀਕ ਹੈ। ਪੱਚੀ ਤੱਕ ਤੁਹਾਡਾ, ਚੌਵੀ ਪੱਚੀ ਤੱਕ ਤੁਹਾਡਾ ਇਹਦਾ ਘੇਰਾ ਹੋ ਜੂਗਾ, ਠੀਕ ਹੈ। ਅਤੇ ਨਾਲ ਤੁਹਾਨੂੰ ਖੱਦਰ ਦਾ ਹੀ ਮਿਲੂਗਾ ਬੋਟਮ, ठीक है। बॉटम के उत्ते भी ये वर्क मिलेगा थोड़ा, ठीक है। दोनों पौंचों के उत्ते ये वर्क मिल रहा है, देखो पूरा हैवी बॉटम से पूरा हैवी शर्ट बैक फ्रंट बाजू सब कढ़िया हो गया। तो ये अपना जोड़ा है ढाई मीटर का कट होगा शर्ट का, तो ढाई हो सलवार का, ठीक है। खद्दर के उत्ते हो, ठीक। अजकल चल रहा खद्दर फैशन चा डाई करवाया स्पैशल लैके, तो ये आप देना है 5000, ठीक है। 5000 का पूरा सूट, तुसी चाहो इहदे नाल दुपट्टा भी करवा लो, पर मेरे को बहुत सारी फुलकारियां सीगियां पहला ही ऑलरेडी, इस करके मैं इहदे नाल फुलकारी नहीं सी कराई। तुसी अपनी मर्जी नाल, ठीक है, क्रीम कलर का दुपट्टा खाली गोटा करा के लै लो, क्योंकि काफ़ी कम हो जाता है। तो इन सूटों का यह फायदा होंगे कि तुसी किसी भी लहंगे नाल प्लेन क्रेप का तुसी कोई लहंगा बना लो, उहदे नाल भी पा लो, सलवार दे नाल भी पा लो, ठीक है। जिमें मर्जी इन्होंने चीज़ों यूज कर लो। मेरे को येलो कलर का लहंगा भी है, इस करके मैं वह भी दिमाग च रखा हुआ सी, वह भी मेरे चल जाना है। तो तुम कोई भी आइटम जी उस एड ऑन कर सकते हो, इको ही सूट में कई बार पा सकते आप, ठीक है। तो एक कला सूट 5000 रुपए, ठीक है जी। तो हम थोड़ा दिने आप स्टॉल, ठीक है। हूँ कई बार की होंगे कि आप बहुत ज़्यादा जिमें अजक नवी जनरेशन हैवी फुलकारी नहीं चकती, ਮੈਥੋਂ ਲਈ ਨਹੀਂ ਜਾਂਦੀ ਜੀ, ਇਹ ਤੁਸੀਂ ਛੋਟੇ ਸਟਾਲ ਦੀ ਤਰ੍ਹਾਂ ਯੂਜ਼ ਕਰ ਲਓ, ਠੀਕ ਹੈ। ਸਿੰਬੋਲਿਕਲੀ ਤੁਸੀਂ ਉਹ ਵੀ ਲੈ ਲਿਆ, ਅਤੇ ਕੈਰੀ ਔਨ ਕਰਨਾ ਵੀ ਸੌਖਾ ਹੈ। ਕਈ ਵਾਰੀ ਬੱਚਿਆਂ ਦੇ ਨਾਲ ਜਿਵੇਂ ਛੋਟਾ ਬੱਚਾ ਕੋਈ ਨਹੀਂ ਕੈਰੀ ਕਰ ਸਕਦੇ ਆਪਾਂ ਹੈਵੀ ਫੁਲਕਾਰੀ, ਅਤੇ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਯੂਜ਼ ਕਰ ਸਕਦੇ ਹੋ। ਫੁਲਕਾਰੀ ਦਾ ਵਰਕ ਹੋਇਆ ਵਾ, ਹੈਂਡ ਵਰਕ ਹੋਇਆ ਵਾ ਸਾਰਿਆਂ ਦੇ ਉੱਤੇ, ਇਕਨੋਮੀਕਲੀ ਵੀ ਪੈਂਦੀਆਂ ਨੇ ਇਹ ਬਹੁਤ, ਅਤੇ ਵੇਅਰ ਕੀਤੀਆਂ ਵੀ ਬਹੁਤ ਸੋਹਣੀਆਂ ਲੱਗਦੀਆਂ, ਠੀਕ ਹੈ। ਅਤੇ ਜਿਹਦੇ ਤੁਸੀਂ ਨਾ ਲੈਣੀ ਹੋਵੇ ਉਹਦੇ ਤੁਸੀਂ ਆਪਣੇ ਬੇਟੇ ਨੂੰ ਵੀ ਗੱਲ 'ਚ ਪਵਾ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਮੁੰਡੇ ਵੀ ਉਹੀ ਸਾਰੀਆਂ ਚੀਜ਼ਾਂ ਯੂਜ਼ ਕਰਦੇ ਆ ਜਿਹੜੀਆਂ ਕੁੜੀਆਂ ਕਰਦੀਆਂ, ਠੀਕ ਹੈ। ਅਤੇ ਉਵੇਂ ਵੀ ਯੂਜ਼ ਹੋ ਜਾਂਦੀ ਹੈ, ਇਹ ਬਹੁਤ ਪਿਆਰੀ ਜੀ ਆਈਟਮ ਹੈ ਨਿੱਕੀ ਜੀ, ਅਤੇ ਬਹੁਤ ਯੂਜ਼ਫੁੱਲ ਹੈ ਇਹ, ਠੀਕ ਹੈ। ਅਤੇ ਇਹ ਤੁਹਾਨੂੰ ਮਿਲੂਗਾ ਜੀ 1200 'ਚ, ਠੀਕ ਹੈ। ਇਹਦੇ 'ਚ ਤੁਹਾਨੂੰ ਆਪਾਂ ਦੋ ਤਿੰਨ ਪੀਸ ਦਾ ਦਿਖਾ ਦਿੰਦੇ ਹਾਂ, ਚਾਰ ਪੀਸ ਡਿਜ਼ਾਈਨ ਅਲੱਗ ਅਲੱਗ ਦਿਖਾ ਦਿੰਦੇ ਹਾਂ। ਲਓ ਜੀ, ਠੀਕ ਹੈ। ਇਹ ਵੀ ਉਹੀ ਹੈ ਵੀ ਹਲੇ ਅਸੀਂ ਫਿਨਿਸ਼ ਕਰਾਉਣੀ ਹੈ ਇਹਨਾਂ ਦੀ, ਠੀਕ ਹੈ। ਬਣ ਕੇ ਆਈਆਂ ਅਤੇ ਤੁਹਾਨੂੰ ਨਜ਼ਰ ਕਰਾਤੀਆਂ ਅਸੀਂ, ਠੀਕ ਹੈ। ਹਜੇ ਤਾਂ ਉਹਨਾਂ ਨੂੰ ਪ੍ਰੈਸ ਹੋਣਾ ਹੈ, ਚਰਖ ਹੋਣੀਆਂ, ਬਹੁਤ ਸੋਹਣੀਆਂ ਬਣ ਜਾਣੀਆਂ ਇਹ। ਇਹ ਤੁਹਾਨੂੰ ਮਿਲੂਗਾ ਜੀ 1200 'ਚ, ਠੀਕ ਹੈ। ਲਓ ਅਗਲਾ ਦੇਖੋ, ਬਰੀਕ ਵਰਕ ਹੈ, ਬਰੀਕ ਫੁੱਲ ਹੈ, ਠੀਕ ਹੈ। ਅਤੇ ਵਿੱਚ ਵਿੱਚ ਸਿੱਪੀ ਵੀ ਹੈ, ਕਲਰ ਤੁਸੀਂ ਨੋਟ ਕਰ ਲਿਓ। ਆਹ ਤੁਹਾਨੂੰ ਖੂਬਸੂਰਤ ਸਟਾਲ ਟਾਈਪ ਫੁਲਕਾਰੀ ਮਿਲਣੀ ਹੈ 1200 'ਚ, ਠੀਕ ਹੈ। ਇੱਕ ਹੋਰ ਲਓ ਜੀ, ਆਹ ਤੁਹਾਨੂੰ ਅਗਲਾ ਡਿਜ਼ਾਈਨ ਅਤੇ ਕਲਰ ਔਰੇਂਜ ਐਂਡ ਰਾਣੀ ਸ਼ੇਡ ਦਾ ਥਰੈਡ ਲਗਾ ਕੇ ਹੋਇਆ ਹੋਇਆ ਕੰਮ ਇਹਨਾਂ ਦੇ ਉੱਤੇ, ਠੀਕ ਹੈ। ਹੈਂਡਵਰਕ ਦਾ ਕੰਮ ਹੈ ਸਾਰਾ, ਫਿਨਿਸ਼ ਬਹੁਤ ਪਿਆਰਾ ਆਉਣਾ ਜਦੋਂ ਇਹਨੂੰ ਪ੍ਰੈਸ ਪ੍ਰੁੱਸ ਹੋਣੀ ਹੈ, ਅਤੇ ਪ੍ਰਾਈਸ ਲੈਣੀ ਹੈ 1200, ਠੀਕ ਹੈ। ਬਹੁਤ ਇਕਨੋਮੀਕਲੀ ਜੀ ਖੂਬਸੂਰਤ ਆਈਟਮ ਤੁਹਾਨੂੰ ਮਿਲ ਜਾਣੀ ਹੈ। ਸੋ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਊਗੀ, ਅਤੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸਿਓ ਕਲੈਕਸ਼ਨ ਕੈਸੀ ਲੱਗੀ, ਠੀਕ ਹੈ ਜੀ। ਅਤੇ ਔਰਡਰ ਦੇ ਉੱਤੇ ਤੁਸੀਂ ਸਾਡੇ ਤੋਂ ਹੋਰ ਇਸ ਕੋਈ ਵੀ ਫੁਲਕਾਰੀ ਦੀ ਆਈਟਮ ਤਿਆਰ ਕਰਾਉਣੀ ਚਾਹੋ ਤਾਂ ਤੁਸੀਂ ਭੇਜ ਸਕਦੇ ਹੋ ਸਾਨੂੰ, ਅਤੇ ਪਰ ਉਹਦੇ ਲਈ ਸਾਨੂੰ ਟਾਈਮ ਚਾਹੀਦਾ ਹੁੰਦਾ ਹੈ, ਠੀਕ ਹੈ ਜੀ। ਅਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ, ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ। ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵਰਾਇਟੀ ਨਾਲ ਮਿਲਾਂਗੇ।